ਕੈਨੇਡਾ ਦੀ ਗੱਲ ਕਰਾਂਗੇ। ਹਾਲਾਂਕਿ ਹਮੇਸ਼ਾ ਆਪਾਂ ਜਦੋਂ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ ਤਾਂ ਆਪਾਂ ਕਰਦੇ ਹਾਂ ਗੱਲ ਕਿ ਪਲੱਸ ਟੂ ਤੋਂ ਬਾਅਦ ਜਿਹਨਾਂ ਸਟੂਡੈਂਟਸ ਨੇ ਅਪਲਾਈ ਕਰਨਾ ਹੈ ਤਾਂ ਉਹ ਕਿਵੇਂ ਅੱਗੇ ਵਧਣ, ਕਿਹੜੀ ਚੰਗੀ ਆਪਸ਼ਨਸ ਦੇ ਨਾਲ ਜਾਣ। ਅੱਜ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਦੀ ਗੱਲ ਕਰਾਂਗੇ, ਕਿਉਂਕਿ ਜਿਹੜਾ ਸਟੂਡੈਂਟ ਪਲੱਸ ਟੂ ਤੋਂ ਬਾਅਦ ਜਾਣਾ ਚਾਹੁੰਦਾ ਹੈ ਤਾਂ ਪੇਰੈਂਟਸ ਕਈ ਵਾਰ ਸੋਚਦੇ ਕਿ ਕੋਈ ਅਜਿਹੀ ਆਪਸ਼ਨ ਹੋਵੇ ਜਿਸ ਦੇ ਨਾਲ ਅਸੀਂ ਸਹੀ ਢੰਗ ਦੇ ਨਾਲ ਆਪਣੇ ਬੱਚੇ ਨੂੰ ਪਹਿਲਾਂ ਤੋਂ ਹੀ ਸਕੂਲਿੰਗ ਵੀਜ਼ਾ ਦੀ ਅਗਰ ਅਪਲਾਈ ਕਰ ਦਈਏ, ਸਾਡਾ ਬੱਚਾ ਪਹਿਲਾਂ ਹੀ ਕੈਨੇਡਾ ਪਹੁੰਚ ਜਾਏ ਤਾਂ ਉਸ ਤੋਂ ਬਾਅਦ ਉੱਥੋਂ ਦੀ ਚੀਜ਼ਾਂ ਨੂੰ ਸਮਝ ਵੀ ਸਕੇਗਾ, ਉੱਥੋਂ ਦੀ ਚੀਜ਼ਾਂ ਵਿੱਚ ਢਲ ਵੀ ਸਕੇਗਾ ਤੇ ਅੱਗੋਂ ਨੂੰ ਹੋਰ ਚੰਗੀਆਂ ਆਪਸ਼ਨ ਜ਼ਰੂਰ ਮਿਲ ਸਕਣਗੀਆਂ। ਸੋ ਕੈਨੇਡਾ ਸਕੂਲਿੰਗ ਵੀਜ਼ਾ ਦੀ ਜੇਕਰ ਆਪਾਂ ਗੱਲ ਕਰੀਏ ਤਾਂ ਅੱਗੋਂ ਬਹੁਤ ਸਾਰੇ ਸਵਾਲ ਹੁੰਦੇ ਨੇ ਕਿ ਕਿਹੜਾ ਬੱਚਾ ਅਪਲਾਈ ਕਰ ਸਕਦਾ ਹੈ, ਕਿਹੜੀ ਕਲਾਸ ਵਿੱਚ ਹੋਣਾ ਚਾਹੀਦਾ ਹੈ, ਜਾਂ ਫਿਰ ਅਗਰ ਆਪਾਂ ਰਿਜ਼ਲਟ ਸੀਗਾ, ਕਈਆਂ ਨੂੰ ਪਰਸੈਂਟੇਜ ਨੂੰ ਲੈ ਕੇ ਵੀ ਸਵਾਲ ਹੁੰਦੇ ਨੇ, ਅਗਰ ਸਟੂਡੈਂਟਸ ਦੀ ਆਪਾਂ ਗੱਲ ਕਰਦੇ ਹਾਂ ਨਾਲ ਉਹਨਾਂ ਦੇ ਪੇਰੈਂਟਸ ਨੂੰ ਲੈ ਕੇ ਵੀ ਕਈ ਸਵਾਲ ਹੁੰਦੇ ਨੇ, ਕਿਉਂਕਿ ਪੇਰੈਂਟਸ ਦੀ ਪ੍ਰੋਫਾਈਲ ਲੱਗਣੀ ਹੈ ਤਾਂ ਕਿਸ ਤਰ੍ਹਾਂ ਦੀ ITR ਹੋਣਾ ਚਾਹੀਦੀ ਹੈ, ਫਾਈਨੈਂਸ਼ੀਅਲਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਸੋ ਇਹ ਸਾਰੇ ਸਵਾਲ ਹੀ ਤੁਹਾਡੇ ਜਵਾਬ ਉਹਨਾਂ ਨੂੰ ਦੇਵਾਂਗੇ ਅੱਜ ਦੀ ਵੀਡੀਓ ਜ਼ਰੀਏ, ਤਾਂ ਕਿ ਤੁਸੀਂ ਇੱਕ ਚੀਜ਼ ਨੂੰ ਸਮਝ ਸਕੋ, ਸਪੈਸ਼ਲੀ ਪੇਰੈਂਟਸ ਇਹਨਾਂ ਗੱਲਾਂ ਨੂੰ ਸਮਝ ਸਕਣ। ਔਰ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਆਪਣੇ ਬੱਚੇ ਲਈ ਕੈਨੇਡਾ ਸਕੂਲਿੰਗ ਵੀਜ਼ਾ ਲਈ ਅਪਲਾਈ ਕਰਨਾ ਹੈ ਤਾਂ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਖਾਸ ਰਹੇਗੀ, ਜਿਹਦੇ ਵਿੱਚ ਹੋਏਗੀ ਕੰਪਲੀਟ ਇਨਫੋਰਮੇਸ਼ਨ। ਸਵਾਗਤ ਹੈ ਤੁਹਾਡਾ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ, ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਤੋਂ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਨੈਵੀਗੇਟਰਸ ਓਵਰਸੀਜ਼ ਜੋ ਕਿ ਪਿਛਲੇ 27-28 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਨੇ, ਕਈ ਕੰਟਰੀਜ਼ ਵਿੱਚ ਡੀਲ ਕਰਦੇ ਨੇ, ਕਈ ਸਟੂਡੈਂਟਸ ਦੀ ਪ੍ਰੋਫਾਈਲਸ ਉੱਪਰ ਕੰਮ ਕਰ ਚੁੱਕੇ ਨੇ। ਸੋ ਮੈਮ, ਜਦੋਂ ਆਪਾਂ ਕੈਨੇਡਾ ਸਕੂਲਿੰਗ ਵੀਜ਼ਾ ਦੀ ਗੱਲ ਕਰਦੇ ਹਾਂ, ਅੱਜ ਦੇ ਟਾਈਮ ਵਿੱਚ ਕਿਸ ਤਰ੍ਹਾਂ ਨਾਲ ਦੇਖਿਆ ਜਾਏ ਕੈਨੇਡਾ ਸਕੂਲਿੰਗ ਵੀਜ਼ਾ ਨੂੰ, ਕਿਉਂਕਿ ਪਲੱਸ ਟੂ ਤੋਂ ਬਾਅਦ ਤਾਂ ਆਪਾਂ ਦੇਖਦੇ ਹਾਂ ਕਿ ਬਹੁਤ ਰਸ਼ ਔਰ ਭੀੜ ਜ਼ਰੂਰ ਨਜ਼ਰ ਆਉਂਦੀ ਹੈ, ਤਾਂ ਕਿੰਨਾ ਕੁ ਵਧੀਆ ਹੈ ਅਗਰ ਪੇਰੈਂਟਸ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਲੈ ਕੇ ਵੀ ਸੀਰੀਅਸ ਹੋਣ, ਔਰ ਕਿਹੜੀ ਕਿਹੜੀ ਗੱਲਾਂ ਦਾ ਇੱਥੇ ਧਿਆਨ ਜ਼ਰੂਰ ਰੱਖਣਾ ਪਏਗਾ ਅਗਰ ਅਪਲਾਈ ਕਰਨਾ, ਔਰ ਕਿਹੜੀ ਕਲਾਸ ਦਾ ਸਟੂਡੈਂਟ ਜੋ ਹੈ ਅਪਲਾਈ ਕਰ ਸਕਦਾ। ਹਰਜੋਤ, ਇਹ ਕੁਐਸਚਨ ਤੁਸੀਂ ਬੜਾ ਅੱਛਾ ਪੁੱਛਿਆ ਕਿ ਕਿਹੜੇ ਕਿਹੜੇ ਸਟੂਡੈਂਟਸ ਅਪਲਾਈ ਕਰ ਸਕਦੇ, ਕਿਹੜੀ ਕਲਾਸ ਦੇ, ਔਰ ਕਿਉਂ ਕਰਨਾ ਚਾਹੀਦਾ। ਦੇਖੋ, ਮੈਂ ਹਰ ਵੀਡੀਓ 'ਚ ਦੱਸਦੀ ਹਾਂ ਕਿ ਜਿਹੜੇ ਸਟੂਡੈਂਟਸ ਹੈ ਉਹ ਬਾਹਰ ਜਾਣ ਦੀ ਤਮੰਨਾ ਰੱਖਦੇ ਆ, ਆਪਣਾ ਇੱਕ ਕਲਚਰ ਬਣ ਚੁੱਕਿਆ, ਹਰ ਬੰਦੇ ਦਾ ਇੱਕ ਸਟੇਟਸ ਹੈ, ਜਾਂ ਥੋੜ੍ਹਾ ਮੈਂ ਕਹਿੰਦੀ ਹਾਂ ਲੋਅਰ ਬਜਟ ਦਾ, ਉਹ ਹਾਇਰ ਬਜਟ 'ਚ ਜਾਣਾ ਚਾਹੁੰਦਾ, ਹਾਇਰ ਬਜਟ ਵਾਲਾ ਫਿਰ ਅੱਗੇ ਬੋਰਡਿੰਗ ਸਕੂਲਸ ਦੇ ਵਿੱਚ, ਬੋਰਡਿੰਗ ਵਾਲੇ ਕਹਿੰਦੇ ਜੇ ਇੰਡੀਆ ਪੜ੍ਹਾਉਣਾ ਤਾਂ ਅਸੀਂ ਬਾਹਰ ਕਿਉਂ ਨਾ ਪੜ੍ਹਾ ਲਈਏ, ਬਾਹਰ ਦਾ ਜਿਹੜਾ ਐਕਸਪੋਜ਼ਰ ਹੈ, ਇੰਨੀ ਕੰਟਰੀਜ਼ ਦੇ ਬੱਚੇ ਬੈਠਣਗੇ ਨਾਲ, ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਉਹਨਾਂ ਦੇ ਮਾਂ ਬਾਪ ਨੂੰ ਜਾਣ ਦਾ ਮੌਕਾ ਮਿਲ ਰਿਹਾ, ਉਹਨਾਂ ਨੂੰ ਇੱਕ ਐਕਸਪੋਜ਼ਰ ਮਿਲ ਰਿਹਾ, ਔਰ ਮਾਂ ਬਾਪ ਨੂੰ ਕਿਉਂ ਮਿਲ ਰਿਹਾ, ਕਿਉਂਕਿ ਉਹ ਡਿਪੈਂਡੈਂਟ ਵੀਜ਼ਾ 'ਤੇ ਜਾਂਦੇ, ਬੱਚੇ ਦੀ ਦੇਖ ਰੇਖ ਵਾਸਤੇ ਉਹਨਾਂ ਨੂੰ ਜਾਣਾ ਜ਼ਰੂਰੀ ਹੈ, ਬੱਚਾ 'ਚ 18 ਸਾਲ ਤੋਂ ਘੱਟ ਹੈ ਅਤੇ ਉਹਨਾਂ ਨੂੰ ਵੀਜ਼ਾ ਦੇਣਾ ਪੈਂਦਾ। ਠੀਕ ਹੈ, ਹੁਣ ਜਿਹੜੇ ਗਵਰਨਮੈਂਟ ਸਕੂਲਸ ਆ ਉਹਨਾਂ ਦੀ ਫੀਸਾਂ ਬਹੁਤ ਕੰਫਰਟੇਬਲ ਹੈ, ਤੁਸੀਂ ਇਹ ਦੇਖੋ 12-15 ਹਜ਼ਾਰ ਡਾਲਰ ਸਾਲ ਦੇ ਵਿੱਚ, 15,000-16,000, ਮਤਲਬ ਤੁਸੀਂ 5-6 ਲੱਖ ਰੁਪਇਆ ਇੱਕ ਸਮੈਸਟਰ ਦਾ ਦੇ ਕੇ, ਜਿਹੜਾ ਕਿ ਸੋਰੀ ਜੇ ਆਪਣੇ 15-16 ਹਜ਼ਾਰ ਡਾਲਰ ਹੈ ਅਤੇ 8,000 ਡਾਲਰ ਤੁਸੀਂ ਜੇ ਦੇ ਰਹੇ ਹੋ 6 ਮਹੀਨੇ ਦਾ, ਤਾਂ ਤੁਸੀਂ ਕੋਈ ਆਲਮੋਸਟ 5 ਕੁ ਲੱਖ ਦੇ ਵਿੱਚ ਤੁਸੀਂ ਜਿਹੜਾ ਕੈਨੇਡਾ ਦਾ ਵੀਜ਼ਾ ਲਾ ਸਕਦੇ ਹੋ। ਉਹਦੇ ਵਿੱਚ ਬੱਚਾ ਵੀ ਲਾ ਰਿਹਾ, ਪੇਰੈਂਟਸ ਵੀ ਲਾ ਸਕਦੇ ਆ, ਹੈ ਨਾ, ਅਤੇ ਇਹ ਇੱਕ ਅੱਛਾ ਬੱਚੇ ਨੂੰ ਇੱਕ ਲੁਭਾਵਨਾ ਉਹ ਲੱਗਦਾ ਕਿ ਮੈਂ 5 ਲੱਖ ਰੁਪਇਆ ਖਾਲੀ ਦਿੱਤਾ, ਔਰ ਕੈਨੇਡਾ ਵਰਗੀ ਐਡੀ ਵੱਡੀ ਕੰਟਰੀ 'ਚ ਜਿੱਥੇ ਇੰਨੀ ਪ੍ਰੋਗਰੈਸ ਹੈ, ਜਿੱਥੇ ਮਤਲਬ ਕਿ ਹਰ ਟਾਈਪ ਦੇ ਬੱਚੇ, ਹਰ ਕਲਚਰ ਦੇ ਬੱਚੇ ਪੜ੍ਹ ਰਹੇ, ਉਹਨਾਂ ਦੇ ਨਾਲ ਸਟੂਡੈਂਟ ਨੂੰ ਪੜ੍ਹਨ ਦਾ ਮੌਕਾ ਮਿਲੇਗਾ। ਹੁਣ ਜਿਹੜਾ ਇਹਨਾਂ ਦੇ ਵਿੱਚ ਜਿਹੜੀ ਕਲਾਸਿਸ ਹੈ ਨੈਚੁਰਲ ਹੈ, ਉਹ ਮੰਡੇ ਟੂ ਫਰਾਈਡੇ ਹੋਏਗੀ, ਛੋਟਾ ਬੱਚਾ ਹੈ, ਹੈ ਨਾ, ਉਹਦੇ ਪੀਰੀਅਡਸ ਵੀ ਹੋਣਗੇ ਕਿ ਕਿੰਨੇ ਟਾਈਮ ਦਾ, 60 ਮਿੰਟ ਦਾ ਹੈ ਜਾਂ 40 ਮਿੰਟ ਦਾ, ਇਹ ਸਾਰਾ ਇੱਕ ਪੜ੍ਹਾਈ ਦਾ ਤਰੀਕਾ ਕਿ ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਔਰ ਕਿਹੜਾ ਸਬਜੈਕਟ ਲੈਣਾ ਉਹਨਾਂ ਨੇ, ਉਹਨਾਂ ਦੀ ਚੋਣ ਆਉਂਦੀ ਹੈ ਸਬਜੈਕਟਸ ਦੀ, ਉਹ ਸਟੂਡੈਂਟ ਦੇ ਪੇਰੈਂਟਸ ਨੇ ਕਰਨੀ ਹੁੰਦੀ ਹੈ।
ਲੇਕਿਨ ਸਭ ਤੋਂ ਬੜੀ ਗੱਲ ਹੈ ਕਿ ਜਦ ਤੁਸੀਂ ਵੀਜ਼ਾ ਲੈਣਾ ਤੁਹਾਡੀ ਇਨਕਮ ਠੀਕ ਹੋਣੀ ਚਾਹੀਦੀ ਹੈ, ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਠੀਕ ਹੋਣੇ ਚਾਹੀਦੇ ਆ। ਪਿਛਲੇ 2 ਕੁ ਸਾਲ ਦੀ ਜਿਹੜੀ ਆ ਮਾਰਕਸ਼ੀਟ ਮੰਗੀ ਜਾਂਦੀ ਹੈ ਸਟੂਡੈਂਟ ਦੀ, ਉਹਦਾ ਜਿਹੜਾ ਕ੍ਰਾਈਟੀਰੀਆ ਦੇਖਣ ਵਾਸਤੇ 50% ਵਾਲੇ ਬੱਚੇ ਅਪਲਾਈ ਕਰ ਸਕਦੇ, ਬਟ ਜਿਹੜੇ ਅਸੀਂ ਇਨਕਰੇਜ ਕਰਦੇ ਹਾਂ ਸਕੂਲਿੰਗ ਵੀਜ਼ਾ ਵਾਸਤੇ, ਐਟਲੀਸਟ 60% ਤੁਹਾਡੇ ਹੋਣ, ਫਿਰ ਤੁਸੀਂ ਅਪਲਾਈ ਕਰੋ। ਕਿਉਂਕਿ ਤੁਸੀਂ ਇੰਡੀਆ 'ਚ ਜਦ 60% ਨਹੀਂ ਲਿਆ ਸਕੇ, ਤੁਸੀਂ ਬਾਹਰ ਦੇ ਬੱਚਿਆਂ ਨਾਲ ਬੈਠਣਾ ਸਟੂਡੈਂਟ ਨੇ, ਅਤੇ ਉਹਨਾਂ ਦੀ ਕੋਸ਼ਿਸ਼ ਹੋਣੀ ਚਾਹੀਦੀ। ਹਾਲ ਦੋ ਕਿ ਪੜ੍ਹਾਈ ਇੱਥੋਂ ਜ਼ਰੂਰ ਸੌਖੀ ਮਿਲੇਗੀ, ਕਲਚਰ ਸ਼ੌਕ ਹੋਏਗਾ ਸ਼ੁਰੂ 'ਚ ਜਾ ਕੇ, ਕਿਉਂਕਿ ਕਿਹੜੀ ਕੋਈ ਹੋਰ ਕੰਟਰੀ ਦੇ ਬੱਚੇ ਬੈਠੇ ਆ, ਔਰ ਨੈਚੁਰਲ ਆ ਇੱਥੇ ਬੱਚਾ ਪੰਜਾਬੀ ਮੀਡੀਅਮ ਦੇ ਬੱਚਿਆਂ ਨਾਲ ਵੀ ਬੈਠਿਆ ਜਾਂ ਹਿੰਦੀ ਬੋਲ ਰਿਹਾ ਜ਼ਿਆਦਾ ਤੋਂ ਜ਼ਿਆਦਾ, ਕਲਾਸ 'ਚ ਬਹੁਤ ਜ਼ਿਆਦਾ ਇੰਗਲਿਸ਼ ਇੰਟਰੈਕਸ਼ਨ ਨਹੀਂ ਹੁੰਦੀ, ਪਰ ਉੱਥੇ ਕਲਾਸ 'ਚ ਇੰਗਲਿਸ਼ ਇੰਟਰੈਕਸ਼ਨ ਹੋਏਗੀ। ਇਹ ਥੋੜ੍ਹਾ ਜਿਹਾ ਬੱਚੇ ਨੂੰ ਹਜੇ ਸ਼ੁਰੂ 'ਚ ਕਿਸੇ ਨੂੰ ਵੀ 2 ਤੋਂ 3 ਮਹੀਨੇ 4 ਮਹੀਨੇ ਇਹ ਚੀਜ਼ ਲੱਗਦੀ, ਉਹਦੇ ਬਾਅਦ ਉਹਦੀ ਆਦਤ ਪੈ ਜਾਂਦੀ ਹੈ। ਔਰ ਛੋਟੇ ਬੱਚਿਆਂ ਨੂੰ ਅਡੋਪਟੇਬਿਲਟੀ ਬਹੁਤ ਈਜ਼ੀ ਹੈ ਇਹਨਾਂ ਚੀਜ਼ਾਂ ਦੀ, ਅਤੇ ਮੈਂ ਤੁਹਾਨੂੰ ਰਿਕਮੈਂਡ ਕਰੂੰਗੀ ਕਿ ਤੁਸੀਂ 5th ਆਨਵਰਡ, ਮਤਲਬ 4th ਤੱਕ ਬੱਚਾ ਬਹੁਤ ਛੋਟਾ ਹੁੰਦਾ, ਪ੍ਰਾਇਮਰੀ ਕਲਾਸ ਦਾ ਮੈਂ ਜ਼ਰੂਰ ਹਮੇਸ਼ਾ ਕਹੂੰਗੀ, 5th ਆਨਵਰਡ 11th ਤੱਕ ਕਿਸੇ ਮਰਜ਼ੀ ਕਲਾਸ ਦੇ ਬੱਚੇ ਦੀ ਤੁਸੀਂ ਐਡਮਿਸ਼ਨ ਕਰਾ ਸਕਦੇ ਹੋ। ਇਹ ਰਾਈਟ ਟਾਈਮ ਹੈ ਕਿਉਂਕਿ ਇੱਥੇ ਸਟੂਡੈਂਟਸ ਦੇ ਇਗਜ਼ਾਮ ਹੋ ਗਏ ਹੈ, ਅਤੇ ਉੱਥੇ ਨਵੀਂ ਕਲਾਸ 'ਚ ਐਡਮਿਸ਼ਨ ਹੋ ਜਾਏਗਾ, ਇੱਥੇ ਨਵੀਂ ਕਲਾਸ 'ਚ ਐਡਮਿਸ਼ਨ ਦੇ ਨਾਲ ਉੱਥੇ ਤੁਸੀਂ ਐਡਮਿਸ਼ਨ ਕਰਾ ਲਓ, ਵੀਜ਼ਾ ਵਾਸਤੇ ਅਪਲਾਈ ਕਰੋ। ਵੰਸ ਦਾ ਵੀਜ਼ਾ ਵਿਲ ਕਮ, ਜਦ ਵੀਜ਼ਾ ਆ ਜਾਂਦਾ ਤੁਸੀਂ ਅਪਲਾਈ ਕਰ ਸਕਦੇ ਹੋ। ਉਹਦੇ ਨਾਲ ਜਿਹੜਾ ਡਿਪੈਂਡੈਂਟ ਵੀਜ਼ਾ ਜਾਂ ਗਾਰਜੀਅਨ ਵੀਜ਼ਾ 'ਤੇ ਪੇਰੈਂਟਸ ਦਾ ਅਸੀਂ ਅਪਲਾਈ ਕਰ ਸਕਦੇ ਹਾਂ ਨਾਲ ਹੀ ਉਹਨਾਂ ਦੇ, ਬਟ ਸਾਨੂੰ ਤੁਹਾਡੇ ਇਨਕਮ ਟੈਕਸ ਰਿਟਰਨਾਂ ਵੀ ਚਾਹੀਦੀਆਂ, ਸਾਨੂੰ ਤੁਹਾਡੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਚਾਹੀਦੇ ਆ, ਉਹਦੇ ਬੇਸ 'ਤੇ ਹੀ ਅਸੀਂ ਜਿਹੜਾ ਅਪਲਾਈ ਕਰ ਸਕਦੇ ਹਾਂ। ਗਵਰਨਮੈਂਟ ਕਾਲਜਿਸ ਹੋਣਗੇ, ਗਵਰਨਮੈਂਟ ਸਕੂਲਸ ਹੋਣਗੇ, ਪ੍ਰਾਈਵੇਟ ਸਕੂਲ, ਚੋਇਸ ਤੁਹਾਡੀ ਹੈ, ਅਸੀਂ ਤੁਹਾਨੂੰ ਸਾਰੀ ਚੋਇਸ ਦਿੰਦੇ ਹਾਂ। ਉਹਦੇ ਬਾਅਦ ਤੁਸੀਂ ਕਿੱਦਾਂ ਦੇ ਸਕੂਲ 'ਚ ਜਾਣਾ ਚਾਹੁੰਦੇ ਹੋ, ਕਿਹੜੇ ਏਰੀਆ 'ਚ ਜਾਣਾ ਚਾਹੁੰਦੇ ਹੋ, ਇਹ ਚੋਇਸ ਤੁਹਾਡੀ ਆ। ਮੈਮ, ਜਿਵੇਂ ਬੱਚਾ ਜਾ ਰਿਹਾ ਨਾਲ, ਮਦਰ ਜਾਂ ਫਾਦਰ ਦੋਵਾਂ ਵਿੱਚੋਂ ਇੱਕ ਹੀ ਅਪਲਾਈ ਕਰ ਸਕਦਾ ਜਾਂ ਦੋਨੋਂ ਵੀ ਇਕੱਠੇ ਅਪਲਾਈ ਕਰ ਸਕਦੇ? ਦੋਨੋਂ ਵੀ ਅਪਲਾਈ ਕਰ ਸਕਦੇ ਆ, ਪਰ ਮੇਰੀ ਪ੍ਰੈਫਰੈਂਸ ਹੁੰਦੀ ਹੈ ਪਹਿਲੇ ਇੱਕ ਜਣਾ ਵੀਜ਼ਾ ਲੈ ਲਓ, ਸੇਫ ਹੋ ਕੇ ਚੱਲੋ, ਫਿਰ ਦੂਜਾ ਅਪਲਾਈ ਕਰੇ। ਜੇ ਤੁਸੀਂ ਦੋਨੋਂ ਵੀ ਕਰਦੇ ਹੋ ਤਾਂ ਕੈਨੇਡੀਅਨ ਗਵਰਨਮੈਂਟ ਇੰਨਾ ਜ਼ਿਆਦਾ ਕੋਈ ਉਹ ਨਹੀਂ ਕਰਦੀ, ਕਿਉਂਕਿ ਜੇ ਪਿੱਛੇ ਫਾਈਨੈਂਸ਼ੀਅਲਸ ਠੀਕ ਹੈ ਤਾਂ ਉਹ ਦੋਨਾਂ ਨੂੰ ਵੀ ਵੀਜ਼ਾ ਦੇ ਦਿੰਦੇ ਆ। ਚਲੋ ਠੀਕ ਹੈ, ਸੋ ਮੈਨੂੰ ਉਮੀਦ ਹੈ ਕਿ ਜ਼ਰੂਰ ਦੇਖੋ ਇੱਕ ਨਵਾਂ ਰਸਤਾ ਇਹਨੂੰ ਅਸੀਂ ਕਹਿ ਸਕਦੇ ਹਾਂ। ਇੰਨਾ ਜ਼ਿਆਦਾ ਨੌਲੇਜ ਨਹੀਂ ਹੈ ਸਾਰਿਆਂ ਨੂੰ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਲੈ ਕੇ, ਸੋ ਨੈਵੀਗੇਟਰਸ ਓਵਰਸੀਜ਼ ਜੋ ਕਿ 27-28 ਸਾਲਾਂ ਤੋਂ ਇਸੇ ਫੀਲਡ ਵਿੱਚ ਕੰਮ ਕਰ ਰਹੇ ਨੇ ਔਰ ਕਈ ਤਰ੍ਹਾਂ ਦੇ ਇਸੇ ਲਈ ਪ੍ਰੋਗਰਾਮਸ ਜੋ ਹੈ ਉਸ ਉੱਪਰ ਰਿਸਰਚ ਵਰਕ ਕਰਦੀ ਹੈ ਇਹਨਾਂ ਦੀ ਟੀਮ, ਔਰ ਉਸ ਤੋਂ ਬਾਅਦ ਹੀ ਸਾਰੀ ਚੀਜ਼ਾਂ ਤੋਂ ਬਾਅਦ ਦੱਸਿਆ ਜਾਂਦਾ, ਅਵੇਅਰ ਕੀਤਾ ਜਾਂਦਾ ਕਿ ਇਹ ਵਾਲੇ ਪ੍ਰੋਗਰਾਮਸ ਵੀ ਨੇ ਜਿਸਦਾ ਫਾਇਦਾ ਲਿਆ ਜਾ ਸਕਦਾ। ਸੋ ਪੇਰੈਂਟਸ ਜਦੋਂ ਕਿ +2 ਤੋਂ ਬਾਅਦ ਸਟੂਡੈਂਟ ਅਪਲਾਈ ਕਰਨ ਲੱਗਦਾ, ਬਹੁਤ ਸਾਰੀ ਭੀੜ, ਬਹੁਤ ਸਾਰਾ ਰਸ਼ ਵੀ ਇੱਥੇ ਦੇਖਣ ਨੂੰ ਮਿਲਦਾ, ਤੇ ਉਸ ਤੋਂ ਪਹਿਲਾਂ ਹੀ ਅਗਰ ਅਪਲਾਈ ਕਰ ਦਿਓ, ਮਦਰ ਜਾਂ ਫਾਦਰ ਵਿੱਚੋਂ ਦੋਵਾਂ ਵਿੱਚੋਂ ਇੱਕ ਜਾਣਾ ਵੀ ਜਾ ਸਕਦਾ, ਇਕੱਠੇ ਵੀ ਜਾ ਸਕਦੇ ਨੇ, ਡਿਪੈਂਡ ਕਰਦਾ ਤੁਹਾਡੇ ਫਾਈਨੈਂਸ਼ੀਅਲਸ ਦੇ ਉੱਪਰ। ਸੋ ਹੋਰ ਜਾਣਕਾਰੀ ਅਗਰ ਤੁਸੀਂ ਚਾਹੁੰਦੇ ਹੋ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇ ਹੈ ਨੈਵੀਗੇਟਰਸ ਓਵਰਸੀਜ਼ ਦਾ, ਇਸ ਉੱਪਰ ਕਾਲ ਕਰ ਸਕਦੇ ਹੋ। ਮੈਮ, ਐਡਮਿਸ਼ਨਸ ਕਦੋਂ ਤੋਂ ਹੁੰਦੀਆਂ, ਅਗਰ ਕੋਈ ਅਪਲਾਈ ਕਰਨ ਬਾਰੇ ਸੋਚ ਰਿਹਾ ਤਾਂ ਕਿਹੜੇ ਇਨਟੇਕ ਲਈ ਅਪਲਾਈ ਕਰਨਾ ਹੁੰਦਾ? ਹੁਣ ਇਨਟੇਕ ਹੁਣ ਜੁਲਾਈ ਇਨਟੇਕ ਹੈ, ਅਤੇ ਜਿਹੜੇ ਕੋਈ ਵੀ ਜਿਹੜਾ ਸਕੂਲਿੰਗ ਸੈਸ਼ਨ ਹੁੰਦਾ ਜੁਲਾਈ ਹੁੰਦਾ, ਠੀਕ ਹੈ। ਜੁਲਾਈ ਦੇ ਬਾਅਦ ਜਿਹੜਾ ਫਿਰ ਤੁਹਾਡਾ ਆਏਗਾ ਇੱਕ ਮਿਡ ਇਨਟੇਕ, ਉਹਦੇ ਵਿੱਚ ਕੀ ਹੁੰਦਾ ਸਕੂਲਿੰਗ ਦਾ ਇੱਕ ਅਲੱਗ ਸਿਸਟਮ ਹੁੰਦਾ ਇਹਨਾਂ ਦਾ, ਜਿੱਦਾਂ ਆਪਾਂ ਸਮੈਸਟਰ ਕਹਿ ਦਿੰਦੇ ਹਾਂ ਉਸ ਹਿਸਾਬ ਨਾਲ ਇਹਨਾਂ ਦਾ ਕੁਛ ਸਬਜੈਕਟਸ ਹੈ, ਉਹਨੂੰ ਫਿਰ ਅੱਗੇ ਸਕਿੱਪ ਕਰਕੇ ਫਿਰ ਦੂਜੇ ਸਮੈਸਟਰ 'ਚ ਕਿਸਮ ਤੋਂ ਬੱਚੇ ਦੀ ਐਡਮਿਸ਼ਨ ਹੋਏਗੀ ਜੇ ਜੁਲਾਈ ਨਿਕਲ ਗਿਆ। ਅਤੇ ਕੋਸ਼ਿਸ਼ ਕਰਕੇ ਜੁਲਾਈ ਸੈਪਟੈਂਬਰ ਮੇਨ ਆਉਂਦੇ ਆ ਇਹਨਾਂ ਦੇ, ਯੂਨੀਵਰਸਿਟੀਆਂ ਵਾਸਤੇ ਹਮੇਸ਼ਾ ਸੈਪਟੈਂਬਰ ਹੋਏਗਾ ਬਟ ਸਕੂਲ ਵਾਸਤੇ ਜੁਲਾਈ ਅਤੇ ਸੈਪਟੈਂਬਰ ਮੇਨ ਹੁੰਦਾ।
ਤੇ ਮੇਰੀ ਜਿਹੜੀ ਕੋਸ਼ਿਸ਼ ਹੈ ਉਹ ਤੁਸੀਂ ਜੁਲਾਈ ਦੇ ਵਾਸਤੇ ਜੇ ਅਪਲਾਈ ਕਰਦੇ ਹੋ ਤਾਂ ਵਧੀਆ, ਕਿਉਂਕਿ ਮਾਰਚ ਵਿੱਚ ਸਟੂਡੈਂਟਸ ਦੇ ਹੁਣ ਇਗਜ਼ਾਮ ਹੋ ਰਹੇ ਆ, ਅਪ੍ਰੈਲ 'ਚ ਰਿਜ਼ਲਟ ਆ ਜਾਏਗਾ ਅਤੇ ਜੁਲਾਈ ਵਾਸਤੇ ਤੁਹਾਡੇ ਕੋਲ ਟਾਈਮ ਹੈ। ਜਿੱਦਾਂ ਹੀ ਇਗਜ਼ਾਮ ਹੋਣ ਬੱਚਿਆਂ ਦੇ ਤਾਂ ਪੇਰੈਂਟਸ ਸਾਡੇ ਕੋਲ ਅਪਰੋਚ ਕਰ ਸਕਦੇ, ਕਿਉਂਕਿ ਆਇਲਟਸ ਤਾਂ ਚਾਹੀਦਾ ਹੀ ਨਹੀਂ ਸਕੂਲਿੰਗ ਵੀਜ਼ਾ ਵਾਸਤੇ। ਮੀਡੀਅਮ ਆਫ ਇੰਸਟਰਕਸ਼ਨ ਇੰਗਲਿਸ਼ 'ਚ ਤੁਹਾਡਾ ਅਪਲਾਈ ਹੋ ਜਾਏਗਾ ਅਤੇ ਉਹ ਟਾਈਮ ਵੇਸਟ ਹੋਣਾ ਨਹੀਂ ਹੈ। ਅਤੇ ਨਾਲ ਦੀ ਨਾਲ ਜਸਟ ਫਾਈਨੈਂਸ਼ੀਅਲ ਡਾਕੂਮੈਂਟਸ, ਇਨਕਮ ਟੈਕਸ ਰਿਟਰਨਾਂ ਤੁਸੀਂ ਸਾਨੂੰ ਦਿਓਗੇ, ਨਾਲ ਬੱਚੇ ਦੇ ਜਿਹੜੇ ਪਿਛਲੇ 2 ਸਾਲਾਂ ਦੀ ਮਾਰਕਸ਼ੀਟ, ਉਹਦੇ ਨਾਲ ਅਸੀਂ ਐਡਮਿਸ਼ਨ ਅਰੇਂਜ ਕਰਾਂਗੇ। ਔਰ ਐਡਮਿਸ਼ਨ ਅਰੇਂਜ ਕਰਨ ਦੇ ਬਾਅਦ ਸਕੂਲਿੰਗ ਵੀਜ਼ਾ ਦਾ ਇੱਕ ਇਹ ਵੀ ਚੀਜ਼ ਹੈ ਕਿ GIC ਵੀ ਨਹੀਂ ਚਾਹੀਦਾ, ਅਤੇ ਇਹ ਬਹੁਤ ਸੌਖਾ ਹੈ ਇੱਕ ਕਿਸਮ ਤੋਂ ਅਪਲਾਈ ਕਰਨਾ, ਔਰ ਪੇਰੈਂਟਸ ਵਾਸਤੇ ਇਸ ਤੋਂ ਵੀ ਜ਼ਿਆਦਾ ਸੌਖਾ ਹੈ। ਬਿਲਕੁਲ, ਸੋ ਦੇਖੋ ਜੁਲਾਈ ਸੈਸ਼ਨ ਦੇ ਲਈ ਕਰਨਾ ਹੈ ਤਾਂ ਇਹ ਸਮਾਂ ਵਿੱਚ ਜਿਹੜਾ ਬਚਿਆ ਹੈ ਇਹ ਤਿਆਰੀ ਲਈ ਵੀ ਤੁਹਾਨੂੰ ਇਸ ਵੀ ਟਾਈਮ ਲੱਗਣਾ ਹੈ। ਇਸ ਲਈ ਪੂਰੀ ਇਨਫੋਰਮੇਸ਼ਨ ਲੈਣ ਦੇ ਲਈ ਜਿਹੜਾ ਨੰਬਰ ਡਿਸਪਲੇ ਇਸ ਉੱਪਰ ਰਾਈਟ ਟਾਈਮ 'ਤੇ ਕਾਲ ਕਰ ਲਓ, ਔਰ ਪੂਰੀ ਲਿਸਟ ਆਪਣੀ ਰੈਡੀ ਕਰ ਲਓ ਕਿ ਕਿਸ ਤਰ੍ਹਾਂ ਦੇ ਡਾਕੂਮੈਂਟ ਚਾਹੀਦੇ ਨੇ, ਔਰ ਅਪਲਾਈ ਕਰਨ ਬਾਰੇ ਪੂਰੀ ਚੰਗੀ ਸਲਾਹ ਹੋ ਚਾਹੀਦੀ ਹੈ ਤਾਂ ਜ਼ਰੂਰ ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਤੁਸੀਂ ਵਿਜ਼ਿਟ ਕਰ ਸਕਦੇ ਹੋ, ਤਾਂ ਕਿ ਸਾਰੀ ਚੀਜ਼ਾਂ ਸਮਝਦੇ ਹੋਏ ਤੁਸੀਂ ਆਪਣੇ ਬੱਚੇ ਲਈ ਇੱਕ ਸਹੀ ਡਿਸੀਜ਼ਨ ਰਾਈਟ ਟਾਈਮ 'ਤੇ ਲੈ ਸਕੋ। ਬਹੁਤ ਬਹੁਤ ਥੈਂਕਸ ਮੈਮ, ਪੂਰੀ ਇਨਫੋਰਮੇਸ਼ਨ ਕੈਨੇਡਾ ਸਕੂਲਿੰਗ ਵੀਜ਼ਾ ਨੂੰ ਲੈ ਕੇ ਅੱਜ ਵੀਡੀਓ ਦੇ ਜ਼ਰੀਏ ਤੁਸੀਂ ਸਾਂਝੀ ਕੀਤੀ ਹੈ। ਕਮੈਂਟ ਸੈਕਸ਼ਨ ਵਿੱਚ ਵੀ ਤੁਸੀਂ ਆਪਣੇ ਸਵਾਲ ਸਾਡੇ ਨਾਲ ਜ਼ਰੂਰ ਸਾਂਝੇ ਕਰ ਸਕਦੇ ਹੋ, ਅਤੇ ਅੱਗੋਂ ਵੀ ਅਸੀਂ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ। ਫਿਲਹਾਲ ਲਈ ਸਾਨੂੰ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।